ਅਲੱਗ ਅਲੱਗ ਕਲਰ ਤੁਹਾਨੂੰ ਮਿਲ ਜਾਣਗੇ ਗਰਮੀਆਂ ਦੇ ਵਿੱਚ ਪਾਉਣੋ ਪਿਓਰ ਕਾਟਨ ਦੇ। ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ ਚੁੱਕੇ ਜੀ, ਨਾਲ ਨਿੱਕਰ ਨਾਲ ਟੀ ਸ਼ਰਟ। ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ। 150 ਰੁਪਈਆ ਜੀ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? ਸਾਰੇ ਬੱਚਿਆਂ ਦੇ 20 ਤੋਂ 32 ਤੱਕ, 20 ਨੰਬਰ ਤੋਂ ਲੈ ਕੇ 32 ਨੰਬਰ ਸਾਈਜ਼ ਤੁਹਾਨੂੰ ਮਿਲ ਜੂਗਾ। ਦੇਖੋ ਜੀ ਬੱਚਿਆਂ ਦੇ ਕੱਪੜੇ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ। ਕੁੜਤੇ ਪਜਾਮੇ ਲੈ ਕੇ ਜਾਣਾ ਚਾਹੋ ਉਹ ਵੀ ਲੈ ਕੇ ਜਾ ਸਕਦੇ ਭਾਅ ਜੀ, ਉਹਨਾਂ ਕੋਲੋਂ 250 ਰੁਪਈਆ। 250 ਰੁਪਏ ਦੇ ਵਿੱਚ ਕੁੜਤੇ ਪਜਾਮੇ ਤੁਹਾਨੂੰ ਮਿਲ ਜਾਣਗੇ ਜੀ। ਆਹ ਦੇਖੋ ਜੀ, ਇੱਧਰ ਨਾਲ ਹੀ ਤੁਹਾਨੂੰ ਮੈਂ ਦਿਖਾ ਦੇਵਾਂ ਮੁੰਡਿਆਂ ਵਾਸਤੇ ਪਜਾਮੇ ਆ ਗਏ ਜੀ, ਬਹੁਤ ਹੀ ਸੋਹਣੇ ਵਧੀਆ ਕੁਆਲਿਟੀ ਦੇ ਵਿੱਚ। ਰੇਟ ਤੁਹਾਨੂੰ ਮੈਂ ਦੱਸ ਦਿੰਦਾ ਜਾਂ ਦੇਖੋ ਜੀ, ਪਹਿਲਾਂ ਤੁਸੀਂ ਨਵਾਂ ਆਪਣੇ ਸੈਂਪਲ ਦੇਖ ਲਓ ਜੀ। ਬਲੈਕ ਲੈ ਜਾਓ, ਵਾਈਟ ਲੈ ਜਾਓ, ਜਿਹੜੇ ਮਰਜ਼ੀ ਕਲਰ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਪਿਓਰ ਕਾਟਨ ਦੇ ਪਜਾਮੇ, ਰੇਟ 250 ਰੁਪਈਆ ਜੀ। 250 ਰੁਪਏ ਦੇ ਵਿੱਚ ਪਜਾਮੇ। ਇੱਧਰ ਟੀ ਸ਼ਰਟਸ ਮਿਲ ਜਾਣਗੀਆਂ, ਸ਼ਾਰਟਸ ਰੇਟ ਜੀ 150 ਰੁਪਏ ਦੇ ਵਿੱਚ ਸ਼ਾਰਟਸ ਮਿਲ ਜਾਣਗੀਆਂ ਭਾਅ ਜੀ ਉਹਨਾਂ ਕੋਲੋਂ। ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਜੀ। ਭਾਅ ਜੀ ਟੀ ਸ਼ਰਟ ਦਾ ਰੇਟ ਕੀ ਰੱਖਿਆ ਜੀ? 200 ਰੁਪਏ ਦੇ ਵਿੱਚ ਟੀ ਸ਼ਰਟਸ ਭਾਅ ਜੀ ਉਹਨਾਂ ਕੋਲ। ਢੇਰ ਲੱਗਾ ਪਿਆ ਜੀ ਕੋਲਰ ਵਾਲੀਆਂ, ਗੋਲ ਗਲੇ ਦੇ ਵਿੱਚ ਜਿਹੋ ਜਿਹੀ ਮਰਜ਼ੀ ਲੈ ਜਾਓ ਜੀ, ਕੱਪੜਾ ਤੁਹਾਨੂੰ ਮਿਲ ਜੂਗਾ ਜੀ ਅਲੱਗ ਅਲੱਗ ਰੇਟ 200 ਰੁਪਈਆ। ਪਜਾਮੇ ਤੁਹਾਨੂੰ ਮੈਂ ਦਿਖਾ ਚੁੱਕਾ ਜੀ, ਇੱਧਰ ਮੈਂ ਬੱਚਿਆਂ ਦੇ ਕੱਪੜੇ ਦਿਖਾ ਚੁੱਕਾ ਜੀ। ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਂਦਾ ਜੀ ਸੂਟ। ਆ ਦੇਖੋ ਜੀ ਲੇਡੀਜ਼ ਸੂਟ ਆ ਗਏ ਜੀ ਇੱਧਰ। ਇੱਧਰ ਆ ਗਏ ਸੇਲ ਧਮਾਕਾ 550 ਵਾਲਾ, ਕਿੰਨੇ ਜੀ? 350 ਰੁਪਏ ਦੇ ਵਿੱਚ ਲੇਡੀਜ਼ ਸੂਟ, ਜੈਪੁਰੀ ਸੂਟ ਭਾਈ। ਇਹ ਕਾਟਨ ਹੈ ਜੀ, ਕਾਟਨ ਕਾਟਨ ਪਿਓਰ ਕਾਟਨ। ਆ ਦੇਖੋ ਜੀ ਪਿਓਰ ਕਾਟਨ ਨਾਲ ਦੁਪੱਟਾ ਮਿਲੂਗਾ ਜੀ ਨਾਲ। ਦੇਖੋ ਜੀ ਕਲਰ ਦੇਖੋ ਜੀ, 350 ਜੀ, 350 ਰੁਪਏ ਦੇ ਵਿੱਚ ਲੇਡੀ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਆ ਦੇਖੋ ਜੀ 350 ਤੋਂ ਉੱਪਰ ਭਾਜੀ, ਅੱਛਾ ਜੀ ਲਓ ਜੀ 350। ਹਾਂਜੀ ਆਹ ਦੇਖੋ ਜੀ 650, ਹਾਂ 350 ਸਿਪਾਹੀ ਉਹਨਾਂ ਕੋਲੋਂ। ਇੱਥੇ ਤੁਸੀਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ, ਲੋਕੇਸ਼ਨ ਮੈਂ ਤੁਹਾਨੂੰ ਦਿਖਾ ਦੇਵਾਂ। ਦੇਖੋ ਜੀ ਖਾਲੀ ਫੈਬਰਿਕ ਦੇ ਬਿਲਕੁਲ ਥੱਲੇ ਲੇਡੀਜ਼ ਸੂਟ ਤੁਹਾਨੂੰ ਮਿਲ ਜਾਣਗੇ, 350 ਤੋਂ ਸਟਾਰਟ ਹੋ ਰਿਹਾ ਜੀ। ਇੱਧਰ ਕੱਟ ਪੀਸ ਆ ਗਏ ਜੀ। ਹਾਂਜੀ ਚੱਕੋ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। 250 ਮੀਟਰ ਪੀਸ ਹੈ ਜੀ, 100 ਰੁਪਏ। ਅੱਛਾ ਜੀ ਆਹ ਦੇਖੋ ਜੀ 250 ਮੀਟਰ ਪੀਸ, ਪਿਓਰ ਕਾਟਨ ਦਾ ਕੱਪੜਾ ਤੁਹਾਨੂੰ ਮਿਲ ਜੂਗਾ ਜੀ 100 ਰੁਪਇਆ। ਜਿਹੜਾ ਮਰਜ਼ੀ ਲੈ ਜਾਓ ਜੀ, ਸਾਰਿਆਂ ਦੀ ਲੈਂਥ 2.5 ਮੀਟਰ ਹੋਊਗੀ, ਆ ਜਾਓਗੇ। ਕੱਟ ਪੀਸ 2.5 ਮੀਟਰ ਦੇ ਤੁਹਾਨੂੰ ਮਿਲ ਜਾਣਗੇ, ਸਿਰਫ ਰੇਟ ਤੁਹਾਨੂੰ ਲੱਗੂਗਾ ਜੀ 100 ਰੁਪਇਆ। ਹਾਂਜੀ ਆਹ ਦੇਖੋ ਜੀ ਭਾਜੀ ਨੇ ਆਵਾਜ਼ਾਂ ਦੇ ਰਿਹਾ ਜੀ 100 ਰੁਪਏ ਦੇ ਵਿੱਚ। ਹਾਂਜੀ ਆਹ ਦੇਖੋ ਜੀ, ਹਾਂਜੀ ਇੱਧਰ ਤੁਹਾਨੂੰ ਮੈਂ ਸੂਟ ਦਿਖਾ ਚੁੱਕਾ ਜੀ, ਇੱਧਰ ਕੱਟ ਪੀਸ। ਲੋਕੇਸ਼ਨ ਦੇਖੋ ਜੀ, ਲੋਕੇਸ਼ਨ ਸੇਮ ਰਹਿਣ ਵਾਲੀ ਹੈ ਜੀ, ਇੱਥੋਂ ਤੁਸੀਂ ਆਣ ਕੇ ਸੂਟ ਵੀ ਲੈ ਕੇ ਜਾ ਸਕਦੇ ਹੋ ਜੀ। ਲਓ ਜੀ ਇੱਧਰ ਆ ਗਈਆਂ ਟੀ ਸ਼ਰਟਾਂ, ਦੇਖੋ ਜੀ ਸਪੋਰਟਸ ਵਾਲੀਆਂ ਟੀ ਸ਼ਰਟਾਂ, ਵੀ ਸ਼ੇਪ ਗਲੇ ਦੇ ਵਿੱਚ, ਡਰਾਈ ਫਿਟ ਕੱਪੜਾ, ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਆ ਦੇਖੋ ਜੀ ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਰੇਟ ਕੀ ਲੱਗੂਗਾ ਜੀ? 200 ਰੁਪਏ ਦੇ ਵਿੱਚ। ਆ ਦੇਖੋ ਟੀ ਸ਼ਰਟਾਂ ਲੈ ਕੇ ਜਾ ਸਕਦੇ ਹੋ, ਜਿਹੜੀ ਮਰਜ਼ੀ ਲੈ ਜਾਓ ਜੀ 200 ਰੁਪਏ ਦੇ ਵਿੱਚ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਇਹ 'ਚ? ਹਾਂਜੀ ਅੱਛਾ ਐਸ ਸਾਈਜ਼ ਤੁਹਾਨੂੰ ਇੱਥੋਂ ਮਿਲ ਜੂਗਾ ਜੀ, ਐਸ ਅਤੇ ਐਮ ਸਾਈਜ਼ ਮਿਲ ਜੂਗਾ, ਐਸ ਮਿਲ ਜੂਗਾ। ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। ਪਜਾਮੇ ਮਿਲ ਜਾਣਗੇ ਇੱਧਰ, ਹੋਰ ਵੀ ਟੀ ਸ਼ਰਟਾਂ ਆ ਗਈਆਂ। ਦੇਖੋ ਜੀ ਇੱਧਰ ਗੋਲ ਗਲੇ ਦੇ ਵਿੱਚ ਪਿਓਰ ਕਾਟਨ ਦੀਆਂ ਵਧੀਆਂ ਟੀ ਸ਼ਰਟਸ ਲੈ ਕੇ ਜਾ ਸਕਦੇ ਹੋ ਤੁਸੀਂ ਜੀ। ਦੇਖੋ ਜੀ ਲਓ ਜੀ 250 ਰੁਪਏ ਦੇ ਵਿੱਚ ਕਾਟਨ ਦੀਆਂ ਟੀ ਸ਼ਰਟਾਂ। ਹਾਂਜੀ 250 ਰੁਪਏ ਦੇ ਵਿੱਚ ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਵਾਓ ਮਿਲੇਗਾ ਐਮ ਤੋਂ ਲੈ ਕੇ ਡਬਲ ਐਕਸਲ ਸਾਈਜ਼। ਰੇਟ ਤੁਹਾਨੂੰ ਲੱਗੂਗਾ ਜੀ 250। ਆਹ ਦੇਖੋ ਜੀ ਪ੍ਰਿੰਟਡ ਹੋਰ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਹੈਗੀਆਂ ਜੀ। ਦੇਖੋ ਜੀ ਹਾਂਜੀ ਰੇਟ 250 ਰੁਪਈਆ। ਹਾਂਜੀ ਦੇਖੋ ਜਿਹੜੀ ਮਰਜ਼ੀ ਲੈ ਜਾਓ ਜੀ 250 ਰੁਪਏ ਦੇ ਵਿੱਚ। ਭਾਜੀ ਹੁਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ, ਇੱਥੋਂ ਆਣ ਕੇ ਤੁਸੀਂ ਭਾਜੀ ਉਹਨਾਂ ਕੋਲੋਂ ਟੀ ਸ਼ਰਟਾਂ ਮੇਰੇ ਵੀਰ ਸ਼ੋਪਿੰਗ ਕਰ ਸਕਦੇ ਆ ਜੀ। 250 250। ਲਓ ਜੀ ਇੱਧਰ ਆ ਗਏ ਜੀ ਲੇਡੀਜ਼ ਪਜਾਮੇ। ਆ ਦੇਖੋ ਜੀ ਲੇਡੀਜ਼ ਪਜਾਮੇ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਨਵੇਂ ਪਜਾਮੇ ਆ ਗਏ ਜੀ, ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ। ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ ਜੀ। 150 ਰੁਪਏ ਦੇ ਵਿੱਚ ਲੇਡੀਜ਼ ਪਜਾਮੇ, ਤੁਸੀਂ ਵੱਖਰੇ ਵੱਖਰੇ ਡਿਜ਼ਾਈਨ ਲੈ ਕੇ ਜਾ ਸਕਦੇ। ਸ਼ਾਰਟਸ ਲੈ ਕੇ ਜਾਣੀਆਂ ਚਾਹੋ, ਸ਼ਾਰਟਸ ਦਾ ਕੀ ਰੇਟ ਰੱਖੇ ਭਾਅ ਜੀ?
150 ਚ ਸ਼ਾਰਟਸ, 150 ਚ ਪਜਾਮਾ, ਚਾਹੇ ਸ਼ਾਰਟਸ ਲੈ ਜਾਓ ਚਾਹੇ ਪਜਾਮਾ ਲੈ ਜਾਓ ਜੀ। ਇੱਧਰ ਤੁਹਾਨੂੰ ਮਿਲ ਜਾਣਗੇ ਜੀ ਫੈਂਸੀ ਟੌਪ, ਭਾਜੀ ਰੇਟ 200 ਰੁਪਈਆ ਜੀ। ਲਓ ਜੀ 200 ਰੁਪਏ ਦੇ ਵਿੱਚ ਫੈਂਸੀ ਟੌਪ ਮਿਲ ਜਾਣਗੇ, ਕੁੜੀਆਂ ਵਾਸਤੇ ਟੌਪ ਆ ਗਿਆ ਜੀ। ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਬਹੁਤ ਹੀ ਸੋਹਣੇ ਸੋਹਣੇ ਟੌਪ, ਹਰ ਪੀਸ ਨਵੇਂ ਟੌਪ ਤੁਹਾਨੂੰ ਮਿਲ ਜਾਣਗੇ ਜੀ 200 ਰੁਪਏ ਦੇ ਵਿੱਚ। ਸਾਨੂੰ ਡਿਮਾਂਡ ਹੋਈ ਸੀ ਲੇਡੀਜ਼ ਸੂਟ ਦਿਖਾਓ ਜੀ ਜੋਤੀ ਚੌਂਕ ਦੇ, ਆ ਦੇਖੋ ਜੀ ਸਾਡੇ ਸਬਸਕ੍ਰਾਈਬਰ ਨੇ ਕਮੈਂਟ ਕੀਤਾ ਸੀਗਾ ਜੀ। ਹਾਂਜੀ ਭਾਅ ਜੀ ਕਿੱਥੋਂ ਸ਼ੁਰੂ ਹੋ ਰਿਹਾ ਜੀ? ਭਾਅ ਜੀ 100 ਰੁਪਏ ਮੀਟਰ ਕੱਪੜਾ ਵਿਕਦਾ ਬਾਜ਼ਾਰ ਕੈਮਰਿਕ ਕੋਟਨ। ਹਾਂਜੀ ਤੇ ਸੂਟ ਬਣਦਾ ਪਰ ਨਾਲ ਪਿਓਰ ਦੀ ਚੁੰਨੀ ਆ ਭਾਅ ਜੀ। ਅੱਛਾ ਜੀ 700 ਦਾ 800 ਦਾ ਪੀਸ ਵਿਕ ਰਹੇ ਆ। ਹਾਂਜੀ ਤੇ ਤੁਹਾਨੂੰ ਲੈਸ ਕਰਕੇ ਦੇਣਾ ਆਪਾਂ 700 ਦੇ 2 ਪੀਸ ਭਾਅ ਜੀ। 700 ਦੇ 2 ਪੀਸ ਓਕੇ ਜੀ। ਪਿਓਰ ਦੀ ਚੁੰਨੀ ਮਿਲੂ ਜੀ, ਕੈਮਰਿਕ ਕੋਟਨ ਸੂਟ ਹੈ, ਆਲ ਓਵਰ ਸੂਟ ਹੈ ਸਾਰਾ। ਹਾਂਜੀ ਭਾਅ ਜੀ 5 ਮੀਟਰ ਆਲ ਓਵਰ ਸੂਟ ਹੈ, ਇਕੱਠੀ ਵਾਧੀ ਗਿਆ। ਆ ਦੇਖੋ ਜੀ ਨਾਲ ਦੁਪੱਟਾ ਦੇਖ ਲਓ ਜੀ, 5 ਮੀਟਰ ਸੂਟ ਆਲ ਓਵਰ ਸੂਟ ਤੁਹਾਨੂੰ ਮਿਲ ਜੂਗਾ ਜੀ। ਰੇਟ 700 ਦੇ 2 ਬੋਲ 350 ਦੇ 1 ਹੋ ਗਿਆ ਨਾ, 350 ਚ 5 ਮੀਟਰ ਕਲਰ ਤੁਸੀਂ ਦੇਖੋ ਜੀ, ਅਲੱਗ ਅਲੱਗ ਤੁਹਾਨੂੰ ਮਿਲ ਜਾਣਗੇ ਜੀ, ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਬਹੁਤ ਜ਼ਿਆਦਾ। ਆ ਦੇਖੋ ਜੀ ਇੱਧਰ ਵੀ ਲੱਗੇ ਹੋਏ ਜੀ, ਆ ਦੇਖੋ ਜੀ ਇੱਧਰ। ਹਾਂਜੀ ਕੈਮਰਿਕ ਕੋਟਨ ਦਾ ਕੱਪੜਾ ਜੀ, ਨਾਲ ਪ੍ਰਿੰਟਡ ਸਲਵਾਰਾਂ ਭਾਅ ਜੀ। ਅੱਛਾ ਜੀ 3 ਮੀਟਰ ਇਕੱਠੀਆਂ। ਓਕੇ ਤੇ ਨਾਲ ਪਿਓਰ ਕੋਟਨ ਦਾ ਦੁਪੱਟਾ ਭਾਅ ਜੀ, ਪਿਓਰ ਕੋਟਨ ਦਾ ਦੁਪੱਟਾ, ਡਿਜ਼ਾਈਨਰ ਸੂਟ, ਦੁਪੱਟਾ ਖੋਲ ਕੇ ਦਿਖਾ ਰਹੇ ਭਾਅ ਜੀ ਹੁਣੀ ਤੁਹਾਨੂੰ। ਆ ਦੇਖੋ ਜੀ ਇਹਦਾ ਵੀ ਰੇਟ ਤੁਹਾਨੂੰ ਲੱਗੂਗਾ ਜੀ, ਖੁੱਲਾ ਡੁੱਲਾ ਦੁਪੱਟਾ ਰੇਟ 350। ਲਓ ਜੀ 350 ਦੇ ਵਿੱਚ ਦੇਖੋ ਜੀ ਸੂਟ, ਦੇਖੋ ਜੀ ਪ੍ਰਿੰਟਡ ਸਲਵਾਰ, ਇੱਧਰ ਪਿੱਛੇ ਡਿਸਪਲੇ ਵੀ ਕੀਤੀ ਹੋਈ ਹੈ ਜੀ, ਬਹੁਤ ਹੀ ਸੋਹਣੇ ਸੋਹਣੇ ਸੂਟ ਦੀ ਭਾਅ ਜੀ ਉਹਨਾਂ ਕੋਲ ਲੈ ਕੇ ਜਾ ਸਕਦੇ। ਦੁਪੱਟੇ ਵਾਲੇ ਦੇਖੋ ਜੀ ਰੰਗ ਆ ਗਏ ਜੀ, ਬਹੁਤ ਹੀ ਸੋਹਣੇ ਸੋਹਣੇ ਢੇਰ ਲੱਗਾ ਪਿਆ ਸੂਟਾਂ ਦਾ ਜੀ। ਹਰ ਰੋਜ਼ ਓਪਨ ਹੁੰਦੇ ਨਾ ਤੁਸੀਂ? ਹਰ ਰੋਜ਼ ਭਾਅ ਜੀ ਹੁਣੀ ਓਪਨ ਹੁੰਦੇ ਹੋ, ਮੋਨਿਕਾ ਬੁਟੀਕ ਫੈਕਟਰੀ ਸੇਲ ਮੇਲਾ, ਤੁਸੀਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ। 350 ਉੱਪਰ ਵਾਲਾ ਸੂਟ ਕਿਹੜਾ ਜੀ? 350 ਦੇ ਭਾਅ ਜੀ 1000-1200 ਵਾਲੇ ਕੀਤੇ ਹੈਗੇ ਆਪਾਂ, ਇੱਕ 650 ਸਪੈਸ਼ਲ ਆਫਰ। ਉਹ ਕਿਹੜਾ 650 ਵਾਲਾ ਜੀ? ਉਹ ਭਾਅ ਜੀ ਫਿਰ ਤੁਹਾਨੂੰ ਮੈਂ ਅੰਦਰ ਪਾਉਣਾ। ਅੱਛਾ ਜੀ ਇੱਥੇ ਡਿਸਪਲੇ 'ਚ ਲੱਗਾ ਹੋਇਆ ਅੰਦਰ ਸਿਰਫ ਲੱਗੇ ਆ? ਉਹਨੇ ਇੱਥੇ ਬਾਹਰ ਨਹੀਂ ਲੱਗਾ ਕੋਈ ਡਿਸਪਲੇ 'ਚ? ਅੰਦਰ ਹੈਗਾ ਜੀ, ਬਾਕੀ ਸ਼ੋਪ ਦੇ ਅੰਦਰ ਹੀ ਲਾਈਦੇ ਹੈਗੇ ਆ, ਬਾਕੀ ਜਦੋਂ ਮਰਜ਼ੀ ਆ ਸਕਦੇ ਤੁਸੀਂ। ਠੀਕ ਹੈ ਠੀਕ ਹੈ। ਸੋ 250-350 ਵਾਲੇ ਸੂਟ ਬਾਹਰ ਲੱਗੇ ਹੋਏ ਜੀ, ਜੇ ਤੁਸੀਂ ਇਸ ਤੋਂ ਉੱਪਰਲੀ ਰੇਂਜ ਲੈਣਾ ਚਾਹੋ ਤਾਂ ਅੰਦਰ ਪਿੱਛੇ ਸ਼ੋਪ ਹੈਗੇ ਜੀ ਭਾਅ ਜੀ ਉਹਨਾਂ ਕੋਲ, ਉਹ ਵੀ ਤੁਹਾਨੂੰ ਮਿਲ ਜਾਣਗੇ ਜੀ, ਇੱਥੇ ਆਣ ਕੇ ਲੇਡੀਜ਼ ਸੂਟ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ ਜੀ। ਓਕੇ ਇੱਧਰ ਆ ਗਏ ਟੀ ਸ਼ਰਟਸ ਆ ਗਈਆਂ, ਫੁੱਲ ਬਾਜੂ ਕਾਲਰ ਵਾਲੀਆਂ ਟੀ ਸ਼ਰਟਸ ਆ ਗਈਆਂ, ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਦੇਖੋ ਜੀ ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ। 150 ਰੁਪਏ ਦੇ ਵਿੱਚ ਜਿਹੜੀ ਮਰਜ਼ੀ ਟੀ ਸ਼ਰਟਸ ਤੁਸੀਂ ਲੈ ਕੇ ਜਾ ਸਕਦੇ ਹੋ ਜੀ, ਸ਼ਰਟਸ ਲੈ ਕੇ ਜਾ ਸਕਦੇ ਹੋ। ਸ਼ਰਟਸ ਦਾ ਕੀ ਰੇਟ ਰੱਖਿਆ ਜੀ? 150 ਰੁਪਏ ਚ 150 ਰੁਪਏ ਦੇ ਵਿੱਚ ਸ਼ਰਟਸ ਤੁਸੀਂ ਲੈ ਕੇ ਜਾਓਗੇ, ਫੁੱਲ ਬਾਜੂ ਚੈੱਕ ਦੇ ਵਿੱਚ ਲੈ ਜਾਓ ਜੀ। ਇੱਧਰ ਪਜਾਮੇ ਮਿਲ ਜਾਣਗੇ, ਪਜਾਮਾ ਭਾਅ ਜੀ 150 ਰੁਪਈਆ ਜੀ, 200-200 ਰੁਪਏ ਦੇ ਵਿੱਚ NS ਕੱਪੜੇ ਦੇ ਵਿੱਚ ਪਜਾਮੇ ਲੈ ਕੇ ਜਾ ਸਕਦੇ ਮੇਰੇ ਵੀਰ, ਮੁੰਡਿਆਂ ਵਾਸਤੇ ਪਜਾਮੇ, ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਰੇਟ ਤੁਹਾਨੂੰ ਲੱਗੂਗਾ ਜੀ ਪਰ ਪੀਸ 200 ਰੁਪਈਆ। ਪਜਾਮਿਆਂ ਦਾ ਰੇਟ 150 ਚ ਟੀ ਸ਼ਰਟਸ, 150 ਚ ਸ਼ਰਟਾਂ ਪਾਈ ਹੋਣੀ, ਹਰ ਐਤਵਾਰ ਇੱਥੇ ਹੁੰਦੀਆਂ ਜੀ, ਇੱਥੋਂ ਆਣ ਕੇ ਪਾਈ ਉਹਨਾਂ ਕੋਲ ਤੁਸੀਂ ਸਮਾਨ ਆਪਣਾ ਲੈ ਕੇ ਜਾ ਸਕਦੇ ਹੋ ਜੀ। ਲੋਕੇਸ਼ਨ ਤੁਸੀਂ ਦੇਖ ਲਓ ਜੀ, ਲੇਡੀਜ਼ ਜੀਨਸ ਪੈਂਟਸ ਤੁਹਾਨੂੰ ਦਿਖਾ ਰਹੇ ਹਾਂ, ਦੇਖੋ ਜੀ ਇੱਧਰ ਕਲਰ ਤੁਹਾਨੂੰ ਸਾਰੀਆਂ ਸਟੇਟ ਖੁੱਲੀਆਂ ਡੁੱਲੀਆਂ ਮਿਲ ਜਾਣਗੀਆਂ ਜੀ, ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਕੁੜੀਆਂ ਵਾਸਤੇ ਜੀਨ ਦੀਆਂ ਪੈਂਟਾਂ ਆ ਗਈਆਂ ਜੀ, ਸਾਰੇ ਪੀਸ 300 ਰੁਪਏ ਦੇ ਵਿੱਚ, ਜਿਹੜਾ ਮਰਜ਼ੀ ਆ ਵੀ 300, ਆ ਵੀ 300, ਸਾਰੀਆਂ ਲੇਡੀਜ਼ ਜੀਨਸ ਦੀਆਂ ਪੈਂਟਾਂ ਤੁਹਾਨੂੰ ਦਿਖਾ ਰਹੇ ਹਾਂ, ਸੈਂਪਲ ਤੁਹਾਨੂੰ ਦਿਖਾ ਚੁੱਕੇ ਹਾਂ ਜੀ, ਤੁਸੀਂ ਇੱਥੋਂ ਆਣ ਕੇ ਜੀਨ ਦੀਆਂ ਪੈਂਟਾਂ ਲੈ ਕੇ ਜਾ ਸਕਦੇ ਹੋ ਜੀ। ਲੋਕੇਸ਼ਨ ਤੁਸੀਂ ਦੇਖ ਲਓ ਜਾਂ ਦੇਖੋ ਜੀ ਸ਼ਾਮ ਟਾਵਲ ਸਟੋਰ ਦੇ ਥੱਲੇ ਜੀਨ ਦੀਆਂ ਪੈਂਟਾਂ ਤੁਹਾਨੂੰ ਮਿਲ ਜਾਣ ਕੁੜੀਆਂ ਵਾਸਤੇ, ਹੁਣ ਤੁਹਾਨੂੰ ਮੁੰਡਿਆਂ ਵਾਸਤੇ ਵੀ ਮਿਲ ਜਾਣਗੀਆਂ। ਦੇਖੋ ਜੀਨ ਦੀਆਂ ਪੈਂਟਾਂ ਰੇਟ ਕੀ ਲੱਗੂਗਾ ਜੀ? 200 ਰੁਪਈਆ ਜੀ। ਨੈਰੋ 'ਚ ਵੀ ਮਿਲ ਜਾਣਗੀਆਂ, ਸਟੇਟ ਵੀ ਮਿਲ ਜਾਣਗੀਆਂ, ਨੈਰੋ 'ਚ ਵੀ ਮਿਲ ਜਾਣਗੀਆਂ ਭਾਅ ਜੀ, ਪਹਿਚਾਣ ਕਰ ਲਓ ਜੀ। ਹਰ ਐਤਵਾਰ ਇੱਥੇ ਜੀਨ ਦੀਆਂ ਪੈਂਟਾਂ ਲਗਾਈਆਂ ਹੁੰਦੀਆਂ ਜੀ, ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ? ਸਾਈਜ਼ ਸਾਰੇ ਮਿਲ ਜਾਣਗੇ, ਰੇਟ ਲੱਗੂਗਾ ਜੀ 200 ਰੁਪਈਆ ਨਾ ਜੀ। 200 ਰੁਪਏ ਦੇ ਵਿੱਚ ਬੋਇਸ ਵਾਸਤੇ, 300 ਰੁਪਏ ਦੇ ਵਿੱਚ ਕੁੜੀਆਂ ਵਾਸਤੇ ਪੈਂਟਾਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਜੀ।
ਇੱਧਰ ਭਾਈ ਹੁਣਾਂ ਕੋਲ ਵੀ ਨਾਲ ਸ਼ਰਟਾਂ ਆ ਗਈਆਂ ਜੀ, ਬਹੁਤ ਹੀ ਸੋਹਣੀਆਂ ਸੋਹਣੀਆਂ ਭਾਈ ਜੀ। ਰੇਟ ਕੀ ਜੀ? 200 ਰੁਪਏ ਦੇ ਵਿੱਚ ਸੇਲ। ਸ਼ਰਟ ਲੈ ਜਾਓ 200 ਰੁਪਏ ਦੇ ਵਿੱਚ, ਚਾਹੇ ਤੁਸੀਂ ਟੀ ਸ਼ਰਟ ਲੈ ਜਾਓ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। 200 ਰੁਪਈਆ ਲੋਕੇਸ਼ਨ ਦੇਖੋ ਜੀ, ਪਾਹਵਾ ਡਰਾਈ ਫਰੂਟ ਦੇ ਥੱਲੇ ਤੁਹਾਨੂੰ ਇੱਥੋਂ ਲੇਡੀ ਜੈਂਟਸ ਸ਼ਰਟਸ ਔਰ ਜੈਂਟਸ ਟੀ ਸ਼ਰਟਸ ਮਿਲ ਜਾਣਗੀਆਂ ਜੀ। ਇੱਧਰ ਤੁਹਾਨੂੰ ਮਿਲ ਜਾਣਗੇ ਲੇਡੀਜ਼ ਪਜਾਮੇ, ਲੇਡੀਜ਼ ਟੌਪ। ਇੱਕ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੀ, ਕਾਰਗੋ ਪਜਾਮੇ ਉੱਤੇ ਨਾਲ ਟੌਪ ਡਿਸਪਲੇ ਕੀਤੀ ਹੈ ਜੀ। ਲਓ ਜੀ, ਸੇਲ ਲੱਗ ਚੁੱਕੀ ਹੈ ਜੀ 450 ਰੁਪਏ ਦੇ ਵਿੱਚ ਲੇਡੀਜ਼ ਪੂਰਾ ਟੌਪ ਵਿਦ ਪਜਾਮਾ। ਦੇਖੋ ਜੀ ਕਲਰ, ਦੇਖੋ ਜੀ ਕਲਰ, ਭਾਜੀ ਹੁਣ ਦੀ ਪਹਿਚਾਣ ਕਰ ਲਓ ਜੀ। ਤੁਹਾਨੂੰ ਪਿੱਛੇ ਹੋ ਕੇ ਦਿਖਾਉਣਾ ਜੀ, ਵਰਾਇਟੀ ਸਾਰੀ ਆ। ਦੇਖੋ ਜੀ ਲੌਂਗ ਟੌਪ ਭਾਈ, ਰੇਟ ਜੀ ਲਓ ਜੀ 200 ਰੁਪਏ ਦੇ ਵਿੱਚ। ਹਾਂਜੀ ਆਹ ਦੇਖੋ ਜੀ, ਲਓ ਜੀ ਕਾਰਗੋ ਪਜਾਮੇ 250 ਰੁਪਏ ਦੇ ਵਿੱਚ ਕੁੜੀਆਂ ਵਾਸਤੇ ਜੀ। ਕਲਰ ਦੇਖੋ ਜੀ, ਲਾਈਟ ਕਲਰ ਗਰਮੀਆਂ ਦੇ ਵਿੱਚ ਪਾਉਣ ਨੂੰ, ਸਾਰੇ ਕਲਰ ਲਾਈਟ ਹੈਗੇ ਜੀ। ਹਾਂਜੀ ਦੇਖੋ ਜੀ, ਰੇਟ ਤੁਹਾਨੂੰ ਲੱਗੂਗਾ ਜੀ 250 ਰੁਪਈਆ ਭਾਈ। ਲਓ ਜੀ ਟੌਪ ਆ, ਦੇਖੋ ਜੀ ਟੌਪ ਕਿੰਨੇ ਕਿੰਨੇ ਸੋਹਣੇ ਭਾਈ ਉਹਨਾਂ ਕੋਲ, 200 ਰੁਪਏ ਦੇ ਵਿੱਚ। ਲੌਂਗ ਵੀ 200 ਚ, ਜਿਹੜਾ ਮਰਜ਼ੀ ਲਓ 200 ਦਾ ਟੌਪ, 250 ਦਾ ਪਜਾਮਾ, 450 ਦਾ। ਹਾਂਜੀ ਲੋਕੇਸ਼ਨ ਦੇਖੋ ਜੀ ਭਾਈ, ਹੁਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ, ਇੱਥੋਂ ਆਣ ਕੇ ਭਾਈ। ਉਹ ਪਿੱਛੇ ਕਹੋ ਵੀ ਫੈਂਸੀ ਟੌਪ ਲੱਗਿਆ ਹੋਇਆ, ਇਹਦਾ ਰੇਟ 200 ਰੁਪਏ ਜੀ। 200 ਰੁਪਈਆ ਜੀ, ਦੇਖੋ ਜੀ ਦੇਖੋ ਜੀ, ਸ਼ਾਰਟ ਕੁੜਤੇ ਕਢਾਈ ਵਾਲੇ ਭਾਈ, ਕਿਹੜੇ ਸਟਾਈਲ, ਜੈਪੁਰੀ ਕਿਹੜੇ, ਰਾਜਸਥਾਨੀ, ਲਖਨਵੀ ਕਢਾਈ ਆਉਂਦੀ। ਹਾਂ ਲਖਨਵੀ ਕਢਾਈ ਵਾਲੇ ਟੌਪ, ਰੇਟ ਤੁਹਾਨੂੰ ਲੱਗੂਗਾ ਜੀ 200 ਜੀ 200 ਲਓ ਜੀ 200 ਮੇਰੀਆਂ ਭੈਣਾਂ ਡਿਮਾਂਡ ਕਰਦੇ ਹੁੰਦੀਆਂ ਜੀ, ਟੌਪ ਦਿਖਾਇਆ ਕਰੋ ਸਾਨੂੰ। ਆਹ ਦੇਖੋ ਜੀ ਹਾਂਜੀ, ਲਓ ਜੀ ਟ੍ਰਿਪਲ ਐਕਸਲ ਸਾਈਜ਼, ਵਾਹ ਜੀ ਵਾਹ। ਹਾਂਜੀ ਭਾਈ ਉਹਨਾਂ ਕੋਲ ਕਲਰ 5-7 ਦੇਖੋ ਜੀ, ਰੇਟ ਤੁਹਾਨੂੰ ਇਹਦਾ ਲੱਗੂਗਾ ਜੀ 200 ਰੁਪਈਆ। ਸੋ 200 ਭਾਈ ਉਹਨੂੰ ਇੱਥੇ ਆਣ ਕੇ ਸ਼ੋਪਿੰਗ। ਹਾਂਜੀ ਸੇਲ ਸੰਡੇ ਸਪੈਸ਼ਲ ਡਿਸਕਾਊਂਟ 200 ਰੁਪਏ ਦਾ। ਓਕੇ ਜੀ ਓਕੇ। ਲਓ ਜੀ ਇੱਧਰ ਤੁਹਾਨੂੰ ਦਿਖਾ ਰਿਹਾ ਜੀ ਲੇਡੀਜ਼ ਪਜਾਮੇ ਆ ਗਏ, ਜਾਂ ਦੇਖੋ ਜੀ ਲੇਡੀਜ਼ ਪਜਾਮੇ ਤੁਸੀਂ ਲੈ ਕੇ ਜਾ ਸਕਦੇ, ਬਹੁਤ ਹੀ ਵਧੀਆ ਸਟੱਫ ਦੇ ਵਿੱਚ ਲੇਡੀਜ਼ ਪਜਾਮੇ ਤੁਹਾਨੂੰ ਮਿਲ ਜਾਣਗੇ ਜੀ। ਕਲਰ ਤੁਸੀਂ ਦੇਖੋ ਜੀ, ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ। 200 ਰੁਪਏ ਦੇ ਵਿੱਚ ਲੇਡੀਜ਼ ਪਜਾਮੇ, ਤੁਸੀਂ ਜਿਹੋ ਜਿਹੇ ਮਰਜ਼ੀ ਡਿਜ਼ਾਈਨ ਲੈ ਜਾਓ ਜੀ, ਪਲੇਨ ਲੈ ਜਾਓ, ਚਾਹੇ ਡਿਜ਼ਾਈਨਰ ਲੈ ਜਾਓ ਲਾਈਨਾਂ ਵਾਲਾ, ਚਾਹੇ 3D ਲੁੱਕ ਦੇ ਵਿੱਚ ਲੈ ਜਾਓ, ਚਾਹੇ ਸ਼ਾਰਟ ਬਿੰਦੀ ਵਾਲਾ ਲੈ ਜਾਓ, ਰੇਟ ਤੁਹਾਨੂੰ ਲੱਗੂਗਾ ਜੀ ਵਿਦ ਪੋਕਿਟ 200 ਰੁਪਈਆ। ਇੱਧਰ ਆ ਗਏ ਜੀ ਪਜਾਮੇ, ਇੱਧਰ ਸ਼ਾਰਟਸ ਆ ਗਈਆਂ ਭਾਈ, ਸ਼ਾਰਟਸ ਦਾ ਰੇਟ ਕੀ ਰੱਖਿਆ ਜੀ? 150 ਰੁਪਏ ਦੇ ਵਿੱਚ ਸ਼ਾਰਟਸ ਲੈ ਕੇ ਜਾ ਸਕਦੇ ਹੋ, ਪਜਾਮੇ ਵੀ ਹੈਗੇ ਮੁੰਡਿਆਂ ਵਾਸਤੇ, ਰੇਟ 200 ਰੁਪਈਆ। 200 ਰੁਪਏ ਦੇ ਵਿੱਚ ਪਜਾਮੇ ਆ, ਦੇਖੋ ਜੀ ਮੇਰਾ ਵੀਰ ਛੋਟਾ ਹੈਗਾ ਜੀ, ਇੱਥੇ ਤੁਹਾਨੂੰ ਦਿਖਾਊਗਾ ਜੀ ਪਜਾਮੇ ਮੁੰਡਿਆਂ ਵਾਸਤੇ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਆਪਣੇ ਕੋਲ ਜੀ? ਲਓ ਜੀ MLXL XL ਸਾਈਜ਼ ਤੁਹਾਨੂੰ ਇੱਥੋਂ ਮਿਲ ਜੂਗਾ ਜੀ ਪਜਾਮੇ ਮੁੰਡਿਆਂ ਵਾਸਤੇ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। NS ਕੱਪੜਾ ਔਰ ਡਰਾਈ ਫਰੂਟ ਕੱਪੜਾ ਦੋਨੋਂ ਮਿਕਸ ਹੈ ਨਾ, ਕੱਪੜਾ ਮਿਲਣ ਵਾਲਾ ਜੀ ਮਿਕਸ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। ਸ਼ਾਰਟਸ ਇੱਧਰ ਆ ਗਏ, ਟੀ ਸ਼ਰਟਸ ਆ ਗਈਆਂ, ਦੇਖੋ ਜੀ ਇੱਧਰ। ਹਾਂਜੀ ਇੱਧਰ ਕੋਟਨ ਵਾਲੇ ਹੈਗੇ ਜੀ, ਲਓ ਜੀ ਕੋਟਨ ਵਾਲੇ 250 ਰੁਪਏ ਦੇ ਵਿੱਚ, ਅਲੱਗ ਅਲੱਗ ਰੰਗ ਤੁਹਾਨੂੰ ਮਿਲ ਜਾਣਗੇ 250 ਰੁਪਏ ਦੇ ਵਿੱਚ। ਇੱਧਰ ਟੀ ਸ਼ਰਟਸ ਤੁਸੀਂ ਦੇਖ ਸਕਦੇ ਹੋ ਜੀ, ਲਓ ਜੀ ਸਾਈਜ਼ ਤੁਹਾਨੂੰ ਮਿਲ ਜਾਣਗੇ ਸਾਰੇ, M ਤੋਂ ਲੈ ਕੇ XXL ਹੈ ਨਾ ਜੀ, M ਤੋਂ ਲੈ ਕੇ XXL, ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ। ਰੇਟ ਤੁਹਾਨੂੰ ਲੱਗੂਗਾ ਜੀ 250 ਰੁਪਏ ਦੇ ਵਿੱਚ, ਇੱਥੋਂ ਆਣ ਕੇ ਤੁਸੀਂ ਸ਼ਰਟ ਟੀ ਸ਼ਰਟਸ ਪਜਾਮੇ ਲੈ ਕੇ ਜਾ ਸਕਦੇ ਹੋ। ਲੋਕੇਸ਼ਨ ਦੇਖੋ ਜੀ ਬੇਹਲ ਸੰਸ ਦੇ ਬਿਲਕੁਲ ਥੱਲੇ, ਭਾਈ ਹੁਣ ਇੱਥੇ ਹੁੰਦੇ ਆ ਜੀ ਹਰ ਐਤਵਾਰ, ਇੱਥੋਂ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਜੀ। ਲਓ ਜੀ ਇੱਧਰ ਆ ਗਏ ਟੀ ਸ਼ਰਟਾਂ ਮੁੰਡਿਆਂ ਵਾਸਤੇ, ਪ੍ਰਿੰਟਡ ਟੀ ਸ਼ਰਟਾਂ ਦੇਖੋ ਜੀ, ਡਿਜ਼ਾਈਨ ਤੁਸੀਂ ਦੇਖੋ ਜੀ, ਨਵੇਂ ਨਵੇਂ ਡਿਜ਼ਾਈਨ ਆ ਗਏ ਜੀ, ਵਾਓ। ਸਾਈਜ਼ ਤੁਸੀਂ ਦੇਖੋ ਜੀ ਬਹੁਤ ਹੀ ਖੁੱਲ੍ਹੇ ਡੁੱਲੇ ਤੁਹਾਨੂੰ ਮਿਲ ਜਾਣਗੇ, ਪੋਕਿਟ ਦੇ ਵਿੱਚ ਦੇਖੋ ਜੀ ਕਿੰਨੇ ਕਲਰ ਡਿਫਰੈਂਟ ਤੁਹਾਨੂੰ ਮਿਲ ਜਾਣਗੇ, ਜਾਂ ਦੇਖੋ ਜੀ ਡਿਜ਼ਾਈਨ ਤੁਸੀਂ ਦੇਖੋ ਜੀ ਅਲੱਗ ਅਲੱਗ ਟੀ ਸ਼ਰਟ। ਭਾਈ ਸਾਈਜ਼ ਬਹੁਤ ਖੁੱਲ੍ਹੇ ਹੈਗੇ ਜੀ, ਬੈਕ ਪ੍ਰਿੰਟ ਦਿਖਾਇਓ ਦਾ, ਬੈਕ ਪ੍ਰਿੰਟ ਦਿਖਾਇਓ ਦਾ,
ਲਓ ਜੀ ਦੇਖੋ ਜੀ ਬੈਗ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਕੀਤਾ ਹੋਇਆ ਜੀ ਵਾਸ਼ੇਬਲ ਹੁੰਦੇ ਨਾ ਸਾਰੇ ਲਓ ਜੀ ਦੇਖੋ ਜੀ ਲਾਈਨਾਂ ਵਾਲੀਆਂ ਕਾਲਰ ਦੇ ਵਿੱਚ ਗੋਲ ਗਲਾ ਕਾਲਰ ਜਿਹੋ ਜਿਹੇ ਮਰਜ਼ੀ ਲੈ ਜਾਓ ਜੀ ਲਓ ਜੀ ਪ੍ਰਿੰਟਡ ਰੇਟ ਕੀ ਲੱਗੂਗਾ ਜੀ ਸਿਰਫ 200 ਰੁਪਿਆ ਆਹ ਦੇਖੋ ਜੀ ਗੋਲ ਗਲੇ ਦੇ ਵਿੱਚ ਵੀ 200 ਚ ਔਰ ਕਾਲਰ ਵਾਲੀਆਂ ਤੁਹਾਨੂੰ ਮਿਲ ਜਾਣੀਆਂ 200 ਰੁਪਏ ਦੇ ਵਿੱਚ ਭਾਈ ਉਹਨਾਂ ਕੋਲ ਟੀ ਸ਼ਰਟਸ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਆਹ ਦੇਖੋ ਜੀ ਲੋਕੇਸ਼ਨ ਦੇਖੋ ਜੀ ਕ੍ਰੇਜ਼ੀ ਬੁਟੀਕ ਦੇ ਸਾਹਮਣੇ ਹਰ ਐਤਵਾਰ ਭਾਈ ਹੁਣ ਇੱਥੇ ਆਉਂਦੇ ਭਾਈ ਸਾਈਜ਼ ਬਹੁਤ ਖੁੱਲੇ ਹੈਗੇ ਆਪਣੇ ਸਾਰੇ ਸਾਈਜ਼ ਨੇ ਲਾਰਜ ਮੀਡੀਅਮ ਐਕਸਲ ਡਬਲ ਜਿਹੜਾ ਮਰਜ਼ੀ 3x4x5 ਤੱਕ 5x ਵੀ ਮਿਲ ਜੂਗਾ ਲਓ ਜੀ ਮੇਰੇ ਵੀਰ 5x4x ਲੈ ਕੇ ਜਾਣਾ ਚਾਹੋ ਟੀ ਸ਼ਰਟਸ ਤਾਂ ਉਹ ਵੀ ਲੈ ਕੇ ਜਾ ਸਕਦੇ ਇੱਥੋਂ ਜੀ ਭਾਈ ਉਹਨਾਂ ਕੋਲੋਂ ਇੱਧਰ ਤੁਹਾਨੂੰ ਮਿਲ ਜਾਣਗੇ ਜੁੱਤੀਆਂ ਲੇਡੀਜ਼ ਜੁੱਤੀਆਂ ਆ ਗਈਆਂ ਜੀ ਮੋਜੇ ਆ ਗਏ ਭਾਈ ਕਿੱਥੋਂ ਸ਼ੁਰੂ ਹੋ ਰਿਹਾ ਜੀ 200-200 ਰੁਪਏ ਦੇ ਵਿੱਚ ਲੇਡੀਜ਼ ਜੁੱਤੀਆਂ ਸ਼ੁਰੂ ਹੋ ਰਹੀਆਂ ਜੀ ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ 200-200 ਰੁਪਏ ਦੇ ਵਿੱਚ ਬੈਲੀਆਂ ਤੁਸੀਂ ਲੈ ਕੇ ਜਾ ਸਕਦੇ ਭਾਅ ਜੀ ਇਹਨਾਂ ਦਾ ਰੇਟ ਦੱਸੋ ਜੀ ਲਓ ਜੀ 200-200 ਔਰ ਮੋਜੇ ਮੋਜਾ 250 ਆਹ ਵੀ 200 ਰੁਪਏ ਦੇ ਵਿੱਚ ਪਿੱਛੇ ਵਾਲੇ ਮੋਜੇ ਵੀ 200 ਚ ਪਏ ਜੀ ਅੱਛਾ ਜੀ ਆਹ ਦੇਖੋ ਜੀ 200-200 ਰੁਪਏ ਦੇ ਵਿੱਚ ਮੋਜੇ ਲੈ ਕੇ ਜਾ ਸਕਦੇ ਭਾਅ ਜੀ ਉਹਨਾਂ ਕੋਲ ਕਾਫੀ ਵਰਾਇਟੀ ਮਿਲ ਜੂਗੀ ਜੀ ਲੇਡੀਜ਼ ਜੁੱਤੀਆਂ ਸਪੈਸ਼ਲੀ ਹੁੰਦੀਆਂ ਜੀ ਲਓ ਜੀ ਕੋਲਾਪੁਰੀ ਚੱਪਲ 200 ਰੁਪਏ ਦੇ ਵਿੱਚ ਡਿਜ਼ਾਈਨਰ ਲਓ ਜੀ ਸੈਂਡਲ 200 ਰੁਪਏ ਦੇ ਵਿੱਚ ਲੇਡੀਜ਼ ਜੁੱਤੀਆਂ ਤੁਹਾਨੂੰ ਦਿਖਾ ਰਹੇ ਹਾਂ ਜੀ 200 ਵਾਹ ਜੀ ਵਾਹ ਦੇਖੋ ਜੀ ਰੇਟ ਬਹੁਤ ਜ਼ਿਆਦਾ ਸੈਂਡਲ ਵੀ 200 ਰੁਪਏ ਦੇ ਵਿੱਚ ਸਾਈਜ਼ ਭਾਈ ਸਾਰੇ ਮਿਲ ਜਾਣਗੇ ਜੀ ਸਾਈਜ਼ ਭਾਈ ਉਹਨਾਂ ਕੋਲ ਸਾਰੇ ਮਿਲ ਜਾਣਗੇ ਜੀ ਲੋਕੇਸ਼ਨ ਮੈਂ ਤੁਹਾਨੂੰ ਦਿਖਾ ਦੇਵਾਂ ਬੇਹਲ ਸੰਸ ਦੇ ਥੱਲੇ ਭਾਈ ਉਹਨਾਂ ਕੋਲੋਂ ਲੇਡੀਜ਼ ਜੁੱਤੀਆਂ ਤੁਸੀਂ ਸ਼ਾਪਿੰਗ ਕਰਕੇ ਲੈ ਕੇ ਜਾ ਸਕਦੇ ਹੋ ਦੇਖੋ ਜੀ ਫੈਂਸੀ ਜੁੱਤੀਆਂ ਹਾਈ ਹੀਲ ਵਾਲੀਆਂ ਚਾਹੀਦੀਆਂ ਅਤੇ ਰੇਟ 250 ਰੁਪਏ ਦੇ ਵਿੱਚ ਤੁਸੀਂ ਇੱਥੋਂ ਸ਼ੋਪਿੰਗ ਕਰ ਸਕਦੇ ਹੋ ਅਲੱਗ ਅਲੱਗ ਵਰਾਇਟੀ ਤੁਹਾਨੂੰ ਇੱਥੋਂ ਮਿਲ ਜੂਗੀ ਜੀ ਇੱਧਰ ਮਧਰ ਆ ਗਏ ਜੀ ਬੱਚਿਆਂ ਦੇ ਸੋਹਣੇ ਸੋਹਣੇ ਕੱਪੜੇ ਆ ਗਏ ਜੀ ਫਰੋਕਾਂ ਆ ਗਈਆਂ ਜੀ ਥੱਲੇ ਮਿਲ ਜੂਗੀ ਤੁਹਾਨੂੰ ਨਿੱਕਰ ਉੱਪਰ ਤੁਹਾਨੂੰ ਮਿਲ ਜੂਗਾ ਜੀ ਟੋਪ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ ਦੇਖੋ ਜੀ ਕਲਰ ਤੁਹਾਨੂੰ ਮਿਲ ਜਾਣਗੇ ਡਿਜ਼ਾਈਨਰ ਸੂਟ ਆ ਗਏ ਜੀ ਟੋਪ ਆ ਗਏ ਜੀ ਬੱਚਿਆਂ ਵਾਸਤੇ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਆ ਗਈ ਜੀ ਇੱਧਰ ਆ ਗਏ ਜੀ ਮੁੰਡਿਆਂ ਵਾਸਤੇ ਜੀ ਹਾਂਜੀ ਆਹ ਵਾਲੇ ਤੁਹਾਨੂੰ ਮਿਲ ਜਾਣਗੇ 250 ਰੁਪਏ ਦੇ ਵਿੱਚ ਆਹ ਵੀ ਫਰੋਕ ਤੁਹਾਨੂੰ ਮਿਲ ਜੂਗੀ ਜੀ 250 ਰੁਪਏ ਦੇ ਵਿੱਚ ਆਹ ਵੀ ਸੈੱਟ ਟੋਪ ਰੇਟ ਤੁਹਾਨੂੰ ਇਹਦਾ ਲੱਗੂਗਾ ਜੀ 250 ਰੁਪਈਆ 250 ਰੁਪਏ ਦੇ ਵਿੱਚ ਕਲਰ ਆਪਸ਼ਨ ਅਲੱਗ ਅਲੱਗ ਪਾਈ ਆਈ ਫਰੋਕ 250 ਜੀ ਆਹ ਵੀ 250 ਚ 250 ਚ ਸਾਈਜ਼ ਬਾਈ ਕਿਹੜੇ ਕਿਹੜੇ ਸਾਈਜ਼ ਹੁੰਦੇ ਆਪਣੇ ਕੋਲ ਜੀ 20 ਤੋਂ 30 ਤੱਕ ਹੁੰਦੇ ਸਾਈਜ਼ 20 ਨੰਬਰ ਤੋਂ ਲੈ ਕੇ 30 ਨੰਬਰ ਤੱਕ ਪਾਈ ਉਹਨਾਂ ਕੋਲ ਕੱਪੜੇ ਮਿਲ ਜਾਣਗੇ ਕਾਫੀ ਕੁਛ ਸੂਟ ਵੀ ਹੈਗੇ ਆ ਜੀ ਇੱਥੇ ਲਓ ਜੀ ਕਾਟਨ ਦੇ ਸੂਟ ਵਿਦ ਪਲਾਜ਼ੋ ਰੇਟ ਤੁਹਾਨੂੰ ਲੱਗੂਗਾ ਜੀ 250-250 ਰੁਪਏ ਦੇ ਵਿੱਚ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਹੈਗੇ ਆ ਦੇਖੋ ਜੀ ਰੇਟ ਤੁਹਾਨੂੰ ਇਹਨਾਂ ਦਾ ਲੱਗਣ ਵਾਲਾ ਜੀ 250 ਰੁਪਇਆ ਭਾਅ ਜੀ ਇਹਨਾਂ ਦਾ ਜੀ 250 ਰੁਪਇਆ ਫਰੋਕ ਸਟਾਈਲ ਸੂਟ ਭਾਅ ਜੀ ਆਪਣੇ ਕੋਲ ਪਿੱਛੇ ਉਹ ਸੂਟ ਵੱਡੇ ਵੀ ਹੈਗੇ ਆ ਜੀ ਲਓ ਜੀ ਜੇ ਬੱਚੇ ਵੱਡੇ ਥੋੜ੍ਹੇ ਹੈਗੇ ਤੁਹਾਡੇ ਲੇਡੀਜ਼ ਬੱਚਿਆਂ ਵਾਸਤੇ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ ਪਲਾਜ਼ੋ ਹਾਂਜੀ 12-13-14 ਸਾਲ ਦਾ ਰੇਟ 350 ਰੁਪਇਆ ਜੀ 350 ਰੁਪਏ ਦੇ ਵਿੱਚ ਵੀ ਤੁਹਾਨੂੰ ਇੱਥੋਂ ਸੂਟ ਮਿਲ ਜੂਗਾ ਜੀ ਭਾਅ ਜੀ ਉਹਨੂੰ ਕਾਫੀ ਵੱਡੀਆਂ ਫਰਾਕਾਂ ਵੀ ਮਿਲ ਜਾਣਗੀਆਂ ਜੀ ਦੇਖੋ ਜੀ ਹਾਂਜੀ ਆਹ ਦੇਖੋ ਜੀ ਰੇਟ 350 ਰੁਪਇਆ ਜੀ 350 ਰੁਪਏ ਦੇ ਵਿੱਚ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਰੇਟ ਤੁਹਾਨੂੰ ਦੱਸ ਦਿੱਤੇ ਅਲੱਗ ਅਲੱਗ ਭਾਅ ਜੀ ਹੁਣੀ ਦੇਖੋ ਜੀ ਹਰ ਐਤਵਾਰ ਭਾਅ ਜੀ ਹੁਣ ਇੱਥੇ ਆਉਂਦੇ ਆ ਜਾਂ ਦੇਖੋ ਜੀ ਤਮੰਨਾ ਕ੍ਰੀਏਸ਼ਨਸ ਲੋਕੇਸ਼ਨ ਦੇਖੋ ਜੀ ਤਮੰਨਾ ਕ੍ਰੀਏਸ਼ਨ ਦੇ ਥੱਲੇ ਭਾਅ ਜੀ ਉਹਨਾਂ ਕੋਲ ਬਹੁਤ ਸੋਹਣੇ ਸੋਹਣੇ ਕੱਪੜੇ ਔਰ ਰੇਟ ਵੀ ਘੱਟ ਹੁੰਦਾ ਜੀ ਸੇਲ ਲਗਾਉਂਦੇ ਆ ਜੀ ਇੱਥੇ ਬੱਚਿਆਂ ਦੇ ਕੱਪੜਿਆਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਟੀ ਸ਼ਰਟਾਂ ਹੋਰ ਵੀ ਮੁੰਡਿਆਂ ਵਾਸਤੇ ਟੀ ਸ਼ਰਟਾਂ ਆ ਗਈਆਂ ਜੀ ਫੈਂਸੀ ਬ੍ਰਾਂਡ ਟੀ ਸ਼ਰਟਾਂ 150 ਰੁਪਏ ਦੇ ਵਿੱਚ ਤੁਹਾਨੂੰ ਇੱਥੇ ਮਿਲ ਜਾਣਗੀਆਂ ਜੀ ਕਾਲਰ ਵਾਲੀਆਂ 200 ਰੁਪਏ ਦੇ ਵਿੱਚ ਕਾਲਰ ਵਾਲੀਆਂ ਲੈ ਕੇ ਜਾ ਸਕਦੇ ਹੋ ਜੀ ਹਾਫ ਸਲੀਵ ਟੀ ਸ਼ਰਟਾਂ ਵਿਦ ਪੋਕਟ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ ਲਓ ਜਾਂ ਵੀ ਚੱਕੋ ਜੀ 200 ਰੁਪਏ ਦੇ ਵਿੱਚ 200 ਰੁਪਏ ਦੇ ਵਿੱਚ ਆ ਦੇਖੋ ਜੀ ਭਾਈ ਆਹ ਵਾਲੀ ਇਹਦਾ ਰੇਟ ਇਹ ਵੀ ਤੁਹਾਨੂੰ 150 ਚ ਕਾਲਰ ਵਾਲੀਆਂ 200 ਚ ਨਾ ਜੀ ਭਾਈ ਹੁਣੀ ਹਰ ਐਤਵਾਰ ਇੱਥੇ ਆਉਂਦੇ ਜੀ ਕੈਪਰੀਆਂ ਦਾ ਰੇਟ ਦੱਸ ਦਿਓ ਜੀ ਇੱਕ ਵਾਰੀ ਕੈਪਰੀਆਂ ਕਾਟਨ ਦੀਆਂ ਜੀ ਲੌਂਗ ਸਾਈਜ਼ ਵਿਦ 2 ਪੋਕਟ ਐਨਐਸ ਕੱਪੜੇ ਵੀ 150 ਆਹ ਦੇਖੋ ਜੀ ਆਹ ਦੇਖੋ ਜੀ ਆਹ ਵਾਲੀ ਤੁਹਾਨੂੰ 200 ਚ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਹੈ 150 ਰੁਪਏ ਦੇ ਵਿੱਚ ਟੈਡੀ ਬੇਅਰ ਵਾਲੀ ਕਿੰਨੇ ਦੀ 200 ਰੁਪਏ ਦੇ ਵਿੱਚ ਵਿਦ ਪੋਕਟ ਮਿਲ ਜਾਣਗੀਆਂ ਜੀ ਖੁੱਲੀਆਂ ਡੁੱਲੀਆਂ ਕੈਪਰੀਆਂ ਲੈ ਕੇ ਜਾ ਸਕਦੇ ਭਾਅ ਜੀ ਉਹਨਾਂ ਕੋਲੋਂ ਜੀ ਟੀ ਸ਼ਰਟਾਂ ਲੈ ਕੇ ਜਾ ਸਕਦੇ ਹੋ ਜੀ
ਰੇਟ ਤੁਹਾਨੂੰ ਦੱਸ ਚੁੱਕੇ ਜੀ, ਹਰ ਐਤਵਾਰ ਇੱਥੇ ਹੁੰਦੇ ਆ। ਦੇਖੋ ਜੀ ਬੰਬੇ ਸਾੜੀ ਸੈਂਟਰ ਦੇ ਥੱਲੇ ਇੱਥੋਂ ਆਣ ਕੇ ਹਰ ਐਤਵਾਰ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਜੀ। ਟੀ ਸ਼ਰਟਾਂ ਹੋਰ ਆ ਗਈਆਂ ਜੀ ਮੁੰਡਿਆਂ ਵਾਸਤੇ, ਗੋਲ ਗਲੇ ਦੇ ਵਿੱਚ ਟੀ ਸ਼ਰਟਾਂ ਬਹੁਤ ਹੀ ਸੋਹਣੀਆਂ ਸੋਹਣੀਆਂ, ਲੌਂਗ ਖੁੱਲੀਆਂ ਡੁੱਲੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਪ੍ਰਿੰਟ ਟੀ ਸ਼ਰਟਾਂ ਦੇਖੋ ਜੀ, ਅਤੇ ਇੱਥੇ ਲੱਗੀਆਂ ਹੋਈਆਂ ਗੋਲ ਗਲੇ ਦੇ ਵਿੱਚ। ਭਾਅ ਜੀ ਕੀ ਰੇਟ ਰੱਖਿਆ ਜੀ? 300 ਦੀਆਂ ਦੋ, 150 ਦੀ ਇੱਕ। ਭਾਈ ਹੁਣ ਦੇਖੋ ਇਹ ਸਜਣੇ ਸਿਲਕ ਐਂਡ ਸਾੜੀਸ ਦੇ ਥੱਲੇ ਹਰ ਐਤਵਾਰ ਇੱਥੇ ਹੁੰਦੇ ਆ ਜੀ, ਮਾਲ ਲਗਾ ਰਹੇ ਆ ਜੀ, ਨਵਾਂ ਨਵਾਂ ਮਾਲ ਖੋਲ੍ਹ ਰਹੇ ਆ ਜੀ। ਭਾਈ ਕੋਲਰ ਵਾਲੀ ਦਾ ਰੇਟ ਵੀ ਸੇਮ, ਚਾਹੇ ਕੋਲਰ ਵਾਲੀ ਲੈ ਜਾਓ ਚਾਹੇ ਗੋਲ ਗਲੇ ਦੇ ਵਿੱਚ ਲੈ ਜਾਓ, ਰੇਟ ਤੁਹਾਨੂੰ ਇੱਕ ਲੱਗੂਗਾ ਜੀ। 150 ਰੁਪਈਆ, 300 ਦੀਆਂ ਦੋ। ਦੇਖੋ ਜੀ ਡਰਾਈ ਫਿੱਟ ਕੱਪੜਾ, ਕੋਟਨ ਕੱਪੜਾ ਲੈ ਕੇ ਜਾ ਸਕਦੇ ਭਾਈ ਜੀ ਨੂੰ। ਟੀ ਸ਼ਰਟਾਂ ਹੁੰਦੀਆਂ ਜੀ ਇੱਥੇ, ਦੇਖੋ ਜੀ ਪਹਿਚਾਣ ਕਰ ਲਓ ਜੀ। ਸੋ ਮੇਰੇ ਵੀਰ ਇੱਥੇ ਆਣ ਕੇ ਭਾਈ ਜੀ ਕੋਲ ਸ਼ੋਪਿੰਗ ਕਰ ਸਕਦੇ ਆ ਜੀ। ਇੱਧਰ ਆ ਗਏ ਜੀ ਪਜਾਮੇ। ਅੰਕਲ ਜੀ ਕੀ ਰੇਟ ਰੱਖਿਆ ਜੀ? 50 ਰੁਪਏ ਦੇ ਦੋ, ਇੱਕ ਲਓ ਜੀ। 50 ਰੁਪਏ ਦੇ ਵਿੱਚ ਪਜਾਮੇ ਆ ਗਏ ਜੀ, ਖੁੱਲ੍ਹੇ ਡੁੱਲੇ। ਦੇਖੋ ਜੀ ਪਜਾਮੇ ਕੋਟਨ ਦੇ, ਆ ਵੀ 50 ਰੁਪਈਏ, ਆ ਵੀ 50 ਰੁਪਈਏ। ਲਓ ਜੀ ਦੇਖੋ ਜੀ 50 ਰੁਪਏ ਦੇ ਵਿੱਚ ਲੇਡੀਜ਼ ਪਜਾਮੇ, 50 ਰੁਪਈਏ। ਜੈਂਟਸ 50 ਰੁਪਈਏ। ਆਹ ਦੇਖੋ ਆ ਗਏ ਜੈਂਟਸ ਪਜਾਮਾ ਖੁੱਲ੍ਹਾ ਡੁੱਲਾ ਜੀ, ਰੇਟ ਇਹਨਾਂ ਦਾ ਲੱਗੂਗਾ ਜੀ 50 ਰੁਪਈਏ। ਜੈਂਟਸ 50 ਰੁਪਈਏ, ਲੇਡੀਜ਼ ਪਜਾਮੇ ਭਾਈ ਹੋਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ। ਸਿੰਗਲ ਕੁੜਤੇ ਆ ਗਏ ਜੀ ਕੁੜੀਆਂ ਵਾਸਤੇ, ਡਿਜ਼ਾਇਨਰ ਸਿੰਗਲ ਕੁੜਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਤੁਹਾਨੂੰ ਮਿਲ ਜਾਣਗੇ ਜੀ। ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ ਪਰ ਪੀਸ, 200 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? ਅੱਛਾ ਜੀ ਐਕਸਲ, ਡਬਲ ਐਕਸਲ, ਫਰੀ ਸਾਈਜ਼ ਤੁਹਾਨੂੰ ਮਿਲ ਜਾਣਗੇ ਜੀ 200 ਰੁਪਏ ਦੇ ਵਿੱਚ। ਪੂਰਾ ਸੂਟ ਲੈ ਕੇ ਜਾਣਾ ਚਾਹੋ ਤਾਂ ਪੂਰਾ ਸੂਟ ਵੀ ਲੈ ਕੇ ਜਾ ਸਕਦਾ। ਦੇਖੋ ਜੀ ਉੱਥੇ ਡਿਸਪਲੇ ਕੀਤੀ ਹੋਈ ਪੂਰੇ ਸੂਟ ਦੀ। ਇਹਦਾ ਰੇਟ ਕੀ ਹੈ ਜੀ ਵਿਦ ਪਲਾਜ਼ੋ? 550 ਰੁਪਏ ਦੇ ਵਿੱਚ ਪੂਰਾ ਸੂਟ ਤੁਸੀਂ ਲੈ ਕੇ ਜਾਣਾ ਚਾਹੋ ਵੀ ਲੈ ਕੇ ਜਾ ਸਕਦੇ। ਫਰੋਕ ਸੂਟ ਨਾਲ ਪਲਾਜ਼ੋ ਨਾਲ ਦੁਪੱਟਾ, ਇਹ ਤਾਂ ਦੁਪੱਟੇ ਵਾਲਾ 550 ਦਾ ਹੋ ਗਿਆ ਵਿਦਆਊਟ ਦੁਪੱਟਾ। ਪੂਰਾ ਸੂਟ ਬਣ ਜਾਏਗਾ। ਅੱਛਾ ਜੀ ਨਾਲ ਲੈਗੀ ਮਿਲੂਗੀ? ਨਾਲ ਲੈਗੀ 200 ਰੁਪਏ ਜਾਣਾ ਜੀ, 200 ਚ ਲੈਗੀ ਮਿਲ ਜੂਗੀ ਜੀ। 200 ਚ ਪੂਰਾ ਸੂਟ ਤੁਹਾਡਾ, 200 ਚ 200-400 ਰੁਪਏ ਚ ਪੂਰਾ ਸੂਟ ਮਿਲ ਜੂਗਾ। ਆ ਦੇਖੋ ਜੀ 100 ਵਾਲੀ ਲੈਗੀ, ਜਾਂ ਲੈ ਕੇ ਜਾਣਾ ਚਾਹੋ ਮੇਰੀਆਂ ਭੈਣਾਂ ਤੋਂ ਵੀ ਲੈ ਕੇ ਜਾ ਸਕਦੇ ਹੋ। 300 ਰੁਪਏ ਦੇ ਵਿੱਚ ਵੀ ਸੂਟ ਬਣਾ ਸਕਦੇ ਹੋ, 400 ਚ ਵੀ ਬਣਾ ਸਕਦੇ ਹੋ ਜੀ। ਇੱਥੋਂ ਭਾਈ ਉਹਨਾਂ ਕੋਲ ਬਹੁਤ ਹੀ ਸੋਹਣੇ ਸੋਹਣੇ ਸੂਟ ਤੁਹਾਨੂੰ ਮਿਲ ਜਾਣਗੇ, ਸਟਿਚ ਕੀਤੇ ਹੋਏ ਜੀ ਇੱਥੇ ਆਣ ਕੇ। ਹਰ ਰੋਜ਼ ਹੁੰਦੇ ਹੋ ਨਾ? ਹਰ ਰੋਜ਼ ਭਾਈ ਹੁਣ ਇੱਥੇ ਹੁੰਦੇ ਆ ਜੀ, ਨੀਅਰ ਬਾਬਾ ਮੋਤੀ ਰਾਮ ਮਹਿਰਾ ਚੌਂਕ ਇੱਥੇ। ਅੱਛਾ ਜੀ ਹਾਂਜੀ, ਪਜਾਮੇ ਦਿਖਾ ਦਿਓ ਜੀ। ਲਓ ਜੀ ਪਜਾਮੇ ਦੇਖੋ ਜੀ, ਲੇਡੀਜ਼ ਵਾਸਤੇ ਖੁੱਲ੍ਹੇ ਡੁੱਲੇ। ਰੇਟ ਕੀ ਲੱਗੂਗਾ ਜੀ ਇਹਨਾਂ ਦਾ? 200 ਰੁਪਏ ਦੇ ਵਿੱਚ। ਪਿਓਰ ਕੋਟਨ ਹੈ ਨਾ? ਪਿਓਰ ਕੋਟਨ ਦਾ ਕੱਪੜਾ ਜੀ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਹਾਂਜੀ ਟੀ ਸ਼ਰਟਸ ਵੀ ਹੈਗੀਆਂ, ਦਿਖਾ ਦਿਓ ਵੀ ਦਿਖਾ ਦਿਓ। ਲਓ ਜੀ ਪਜਾਮੇ ਔਰ ਲੌਂਗ ਟੀ ਸ਼ਰਟਸ ਵੀ ਤੁਸੀਂ ਲੈ ਕੇ ਜਾ ਸਕਦੇ ਹੋ। ਦੇਖੋ ਜੀ ਰੇਟ 150 ਰੁਪਈਆ ਕਿ 200 ਰੁਪਈਆ? ਲਓ ਜੀ 150 ਰੁਪਏ ਦੇ ਵਿੱਚ ਟੀ ਸ਼ਰਟਸ, 200 ਚ ਪਜਾਮੇ, 350 ਚ ਤੁਹਾਡਾ ਪੂਰਾ ਇਹ ਵੀ ਸੂਟ ਵੀ ਬਣ ਜੂਗਾ ਜੀ। ਨਾਈਟ ਸੂਟ ਵੀ ਤੁਸੀਂ ਇੱਥੋਂ ਬਣਾ ਕੇ ਪੂਰਾ ਲੈ ਕੇ ਜਾ ਸਕਦੇ ਹੋ ਜੀ। ਓਕੇ ਲਓ ਜੀ ਇੱਧਰ ਆ ਗਿਆ ਜੀ, ਬੱਚਿਆਂ ਵਾਸਤੇ ਕੈਪਰੀਆਂ ਆ ਗਿਆ ਜੀ, ਕੁੜੀਆਂ ਵਾਸਤੇ ਸਪੈਸ਼ਲੀ। ਭਾਅ ਜੀ ਕੀ ਰੇਟ ਰੱਖਿਆ ਜੀ? 50 ਰੁਪਏ ਦੀ ਕੈਪਰੀ। ਭਾਅ ਜੀ ਕੀ ਕੀਤਾ ਜੀ? 50 ਰੁਪਏ ਦੀ ਕੈਪਰੀ ਭਾਅ ਜੀ। ਭਾਅ ਜੀ ਅੱਜ ਇਲੈਕਸ਼ਨ ਦਾ ਰਿਜ਼ਲਟ ਆਉਣਾ, ਤੁਸੀਂ ਸਸਤਾ ਕਰਤਾ ਪਹਿਲਾਂ ਹੀ ਮਾਲ। ਪਹਿਲਾਂ ਹੀ ਸਸਤਾ ਕਰਤਾ ਮਾਰਾ। ਲਓ ਜੀ ਆ ਦੇਖੋ ਜੀ ਭਾਅ ਜੀ, ਹੁਣ ਕੋਲੋਂ 100 ਦੀਆਂ ਦੋ ਕੈਪਰੀਆਂ ਲੈ ਕੇ ਜਾ ਸਕਦੇ ਹੋ ਜੀ। ਕੁੜੀਆਂ ਵਾਸਤੇ, ਬੱਚਿਆਂ ਵਾਸਤੇ ਕੈਪਰੀਆਂ ਆ ਗਈ, 50 ਰੁਪਏ ਦੀ ਇੱਕ, 100 ਰੁਪਏ ਦੀਆਂ ਦੋ। ਔਰ ਭਾਅ ਜੀ ਹੁਣ ਕੋਲ ਫਰਾਕਾਂ ਮਿਲ ਜਾਣਗੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ। ਦੇਖੋ ਜੀ ਕੋਟਨ ਦੇ ਕੱਪੜੇ ਦੇ ਵਿੱਚ ਭਾਅ ਜੀ ਰੇਟ ਜੀ 100 ਰੁਪਈਆ ਜੀ। ਸੰਡੇ ਸੇਲ 100 ਰੁਪਏ ਦੇ ਵਿੱਚ ਫਰਾਕਾਂ ਲੈ ਕੇ ਜਾ ਸਕਦੇ। ਭਾਅ ਜੀ ਆ ਵੀ ਦਿਖਾ ਦਿਓ ਜਲਦੀ ਜਲਦੀ ਜੀ ਸਾਨੂੰ, ਪੂਰਾ ਸੂਟ ਕਿੰਨੇ ਦਾ ਜੀ? ਭਾਅ ਜੀ 300 ਦਾ ਸੂਟ ਦਾ ਪੂਰਾ ਸੂਟ। ਹਾਂਜੀ ਰਿਓਨ ਕੋਟਨ ਦੇ ਵਿੱਚ ਆ ਭਾਈ। ਅੱਛਾ ਜੀ ਰਿਓਨ ਕੋਟਨ ਦੇ ਵਿੱਚ ਕੁੜੀਆਂ ਵਾਸਤੇ ਨਾਲ ਪਲਾਜ਼ੋ। ਭਾਅ ਜੀ ਅਕਨੇ ਦੇ ਦੱਸੇ ਜੀ 250 ਰੁਪਏ ਦਾ ਭਾਈ, 250 ਰੁਪਏ ਦਾ ਫਰੋਕ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਭਾਅ ਜੀ ਫਰੋਕ ਸੂਟ ਹੈ ਨਾ? ਹਾਂਜੀ ਜੀ ਫਰੋਕ।
250 ਰੁਪਏ ਦੇ ਵਿੱਚ। ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਹਾਂਜੀ ਹਾਂ ਦੇਖੋ ਜੀ ਡਿਜ਼ਾਈਨ ਲੱਗੇ ਹੋਏ ਵੱਖਰੇ ਵੱਖਰੇ ਜੀ, ਸੂਟ ਵੀ ਭਈਆ ਨਿੱਕਰ ਅਤੇ ਟੀ ਸ਼ਰਟ ਉੱਪਰ ਮੁੰਡਿਆਂ ਵਾਸਤੇ, ਮੁੰਡਿਆਂ ਵਾਸਤੇ ਰੇਟ 150 ਰੁਪਏ, 150 ਰੁਪਏ ਜੀ। ਹਾਂ ਦੇਖੋ 150 ਰੁਪਏ ਦੇ ਵਿੱਚ ਭਾਜੀ ਹੁਣਾਂ ਕੋਲੋਂ, ਭਾਜੀ ਹੁਣਾਂ ਕੋਲੋਂ ਟੈਡੀ ਬੇਅਰ ਵਾਲੇ ਵੀ ਸੂਟ ਤੁਸੀਂ ਲੈ ਕੇ ਜਾ ਸਕਦੇ ਬੱਚਿਆਂ ਵਾਸਤੇ, ਰੇਟ 150 ਰੁਪਏ ਦੇ ਵਿੱਚ ਟੈਡੀ ਬੇਅਰ ਵਾਲੇ ਲੈ ਕੇ ਜਾ ਸਕਦੇ ਹੋ ਜੀ। ਕਾਫੀ ਵਰਾਇਟੀ ਭਾਜੀ ਉਹਨਾਂ ਕੋਲ ਇੱਥੇ ਹੁੰਦੀ ਹੈ ਜੀ, ਪੈਸੇ ਭਾਜੀ ਉਹਨਾਂ ਦੀ ਪਹਿਚਾਣ ਕਰ ਲਓ ਜੀ, ਇੱਥੇ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਡੇਲੀ। ਲਓ ਜੀ ਇੱਧਰ ਤੁਹਾਨੂੰ ਦਿਖਾ ਰਹੇ ਲੇਡੀਜ਼ ਸੈਂਡਲ, ਲੇਡੀਜ਼ ਜੁੱਤੀਆਂ, ਰੇਟ ਇਹਨਾਂ ਦਾ ਲੱਗੂਗਾ ਜੀ ਇੱਕ ਜੋੜੇ ਦਾ ਤੁਹਾਨੂੰ ਰੇਟ ਲੱਗੂਗਾ ਜੀ 200 ਰੁਪਇਆ, 200 ਰੁਪਏ ਦੇ ਵਿੱਚ ਤੁਸੀਂ ਇੱਥੋਂ ਲੇਡੀਜ਼ ਚੱਪਲਾਂ ਲੈ ਕੇ ਜਾ ਸਕਦੇ ਹੋ ਜੀ। ਆਹ ਭਾਈ ਆਹ ਵਾਲਾ ਰੇਟ ਜੀ 250 ਰੁਪਏ, ਲਓ ਆਹ ਤੁਹਾਨੂੰ ਮਿਲ ਜੂਗਾ ਜੀ 250 ਰੁਪਏ ਦੇ ਵਿੱਚ। ਗਰਗਾਬੀਆਂ ਲੈ ਕੇ ਜਾਣਾ ਚਾਹੋ, ਸਪੋਰਟ ਸ਼ੂਜ਼ ਲੈ ਕੇ ਜਾਣਾ, ਚੱਪਲਾਂ ਲੈ ਕੇ ਜਾਣਾ ਚਾਹੋ ਉਹ ਵੀ ਲੈ ਕੇ ਜਾ ਸਕਦੇ ਹੋ ਜੀ। ਹਾਂਜੀ ਅਰੋੜਾ ਫੁੱਟਵੇਅਰ ਰੈਨਕ ਬਾਜ਼ਾਰ ਨੀਅਰ ਬਾਬਾ ਮੋਤੀ ਰਾਮ ਮਹਿਰਾ ਚੌਂਕ। ਭਾਅ ਜੀ ਇਹਦਾ ਰੇਟ ਕੀ ਹੈ ਜੀ? ਲਓ ਜੀ ਆਹ ਦੇਖੋ ਜੀ 200 ਰੁਪਏ ਦੇ ਵਿੱਚ ਲੇਡੀਜ਼ ਵਾਸਤੇ, ਜਿਹੜੀ ਮਰਜ਼ੀ ਲੈ ਜਾਓ 200 ਰੁਪਇਆ। ਭਾਅ ਜੀ 200 ਰੁਪਇਆ ਜੀ, ਲਓ ਜੀ 200 ਰੁਪਏ ਸੇਲ। ਹਾਂਜੀ ਆਹ ਦੇਖੋ ਜੀ ਸੇਲ ਆ ਚੁੱਕੀ ਹੈ ਜੀ, ਲਓ ਜੀ ਇੱਧਰ ਸੇਲ ਲੱਗ ਚੁੱਕੀ ਹੈ ਜੀ 200 ਰੁਪਏ ਦੇ ਵਿੱਚ। ਚੱਪਲਾਂ ਲੈ ਜਾਓ, ਬੈਲੀਆਂ ਲੈ ਜਾਓ ਜੀ, ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ। ਲੇਡੀਜ਼ ਸ਼ੂਜ਼ ਵੀ ਤੁਹਾਨੂੰ ਮਿਲ ਜਾਣਗੇ ਜੀ 200 ਰੁਪਏ ਦੇ ਵਿੱਚ। ਭਾਅ ਜੀ ਹੁਣੀ ਹਰ ਰੋਜ਼ ਇੱਥੇ ਹੁੰਦੇ ਆ ਜੀ, ਡੇਲੀ ਓਪਨ ਹੁੰਦੀ ਹੈ ਸ਼ੋਪ, ਇੱਥੇ ਸਟੋਪ ਆ ਗਏ ਫੈਂਸੀ ਟੋਪ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਏ ਦੇ ਵਿੱਚ। ਪ੍ਰਿੰਟਡ ਟੋਪ ਤੁਸੀਂ ਲੈ ਕੇ ਜਾ ਸਕਦੇ ਹੋ ਕੁੜੀਆਂ ਵਾਸਤੇ, ਕਲੈਕਸ਼ਨ ਬਹੁਤ ਜ਼ਿਆਦਾ ਹੈਗੀ ਹੈ, ਜਿਹੋ ਜਿਹੇ ਮਰਜ਼ੀ ਰੰਗ ਲੈ ਜਾਓ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਵੱਖਰੇ ਵੱਖਰੇ, ਪਰ ਪੀਸ ਦਾ ਰੇਟ ਲੱਗੂਗਾ ਜੀ 200 ਰੁਪਇਆ। ਇੱਧਰ ਲੌਂਗ ਡਰੈੱਸਾਂ ਵੀ ਲੈ ਕੇ ਜਾ ਸਕਦੇ ਹੋ ਜੀ, ਕਿੰਨੇ 'ਚ ਜੀ? 200 ਜੀ। ਲਓ ਜੀ ਲੌਂਗ ਡਰੈੱਸਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਜੀ, ਰੇਟ ਇਹਨਾਂ ਦਾ ਤੁਹਾਨੂੰ ਲੱਗੂਗਾ ਜੀ 200 ਰੁਪਏ ਦੇ ਵਿੱਚ। ਮਿੱਡੀਆਂ ਲੈ ਜਾਓ 200 ਰੁਪਏ ਦੇ ਵਿੱਚ, ਪਿੱਛੇ ਡਿਸਪਲੇ ਵੀ ਕੀਤਾ ਹੋਇਆ ਪੂਰਾ ਪੂਰਾ ਸੂਟ। ਪਜਾਮਾ ਲੈ ਕੇ ਜਾਣਾ ਚਾਹੋ, ਪਜਾਮਾ ਵੀ ਦੋ, ਟੋਪ ਕਿੰਨੇ ਦਾ ਜੀ? 200 ਪਜਾਮਾ ਵੱਡੇ ਭਾਈ 250। ਅੱਛਾ ਜੀ 250 ਰੁਪਏ ਦੇ ਵਿੱਚ ਪਜਾਮਾ, ਟੋਪ ਵੀ 200 ਰੁਪਏ ਦਾ, 450 ਦਾ ਪੂਰਾ ਸੂਟ ਤੁਹਾਡਾ ਬਣ ਜੂਗਾ ਜੀ, ਪਿੱਛੇ ਡਿਸਪਲੇ ਕੀਤੀ ਹੋਈ ਜੀ। ਭਾਈ ਉਹਨੇ ਡੇਲੀ ਇੱਥੇ ਹੁੰਦੀ ਹੈ ਜੀ, ਇੱਥੇ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਮੇਰੀਆਂ ਭੈਣਾਂ। ਫੈਂਸੀ ਟੋਪ ਇੱਧਰ ਲੱਗੇ ਹੋਏ ਜੀ, ਪਜਾਮੇ ਕਾਰਗੋ ਦੇਖੋ ਜੀ, ਸਿੰਗਲ ਪਜਾਮਾ ਲੈ ਕੇ ਜਾਣਾ ਚਾਹੋ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ, ਰੇਟ ਇਹਨਾਂ ਦਾ ਲੱਗੂਗਾ ਜੀ 250 ਰੁਪਇਆ। ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਲਾਈਟ ਵੇਟ ਦੇ ਵਿੱਚ, ਰੇਟ 250 ਰੁਪਇਆ ਜੀ 250 ਰੁਪਇਆ। ਚਲੋ ਭਾਜੀ ਹੁਣ ਧੰਨਵਾਦ ਜੀ, ਜਿਹੜਾ ਵੀਡੀਓ ਦੇਖ ਕੇ ਆਏਗਾ ਜਿੰਨੀ ਲੈਸ ਹੋ ਸਕੇ, ਜਿੰਨਾ ਵੱਧ ਤੋਂ ਵੱਧ ਮਾਣ ਹੋਇਆ ਕਰਨਗੇ ਭਾਜੀ ਹੁਣੀ, ਸੋ ਮੇਰੀਆਂ ਭੈਣਾਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੀਆਂ ਜੀ। ਇੱਧਰ ਆ ਗਏ ਜੀ ਲੇਡੀਜ਼ ਪਜਾਮੇ ਆ ਗਏ ਜੀ, ਕੋਟਨ ਦੇ ਵਿੱਚ 100 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਹੈ ਜੀ 100 ਰੁਪਏ ਦੇ ਵਿੱਚ। ਆਹ ਦੇਖੋ ਜੀ ਲੇਡੀਜ਼ ਪਜਾਮੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ 100 ਰੁਪਏ ਦੇ ਵਿੱਚ। ਟੀ ਸ਼ਰਟਸ ਭਾਜੀ 150-200 ਰੁਪਏ ਜੀ, 100 ਰੁਪਏ 'ਚ ਟੀ ਸ਼ਰਟ, 100 ਰੁਪਏ 'ਚ ਪਜਾਮਾ ਤੁਸੀਂ ਲੈ ਕੇ ਜਾ ਸਕਦੇ, ਪੂਰਾ ਨਾਈਟ ਸੂਟ ਤੁਹਾਡਾ ਬਣ ਜੂਗਾ 100 ਰੁਪਏ ਦੇ ਵਿੱਚ ਟੀ ਸ਼ਰਟਸ। ਸੋ ਭਾਜੀ ਹੁਣ ਇੱਥੇ ਹੁੰਦੇ ਆ ਜੀ, ਹਰ ਰੋਜ਼ ਇੱਥੇ ਹੁੰਦਾ, ਮਾਰਕੀਟ ਓਪਨ ਹੁੰਦੀ ਹੈ ਜੀ, ਸੋ ਤੁਸੀਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੇ। ਇੱਧਰ ਆ ਗਏ ਜੀ ਮੋਜੇ, ਆ ਦੇਖੋ ਜੀ ਮੋਜੇ ਵੀ ਮਿਲ ਜਾਣਗੇ ਤੁਹਾਨੂੰ ਕੁੜੀਆਂ ਵਾਸਤੇ, ਬਹੁਤ ਹੀ ਸੋਹਣੇ ਸੋਹਣੇ ਭਾਜੀ। ਕੀ ਰੇਟ ਰੱਖਿਆ ਜੀ ਫਰੰਟ ਵਾਲਿਆਂ ਦਾ? 250 ਰੁਪਏ ਦੇ ਵਿੱਚ ਮੋਜੇ। ਇੱਧਰ ਆ ਵੀ 250 ਜੀ ਭਾਜੀ, ਮੋਜੇ ਲੈ ਕੇ ਜਾ ਸਕਦੇ ਮੇਰੀਆਂ ਭੈਣਾਂ ਇੱਥੋਂ 250-250 ਰੁਪਏ ਦੇ ਵਿੱਚ। ਸੈਂਡਲ ਮਿਲ ਜਾਣਗੇ, ਬੈਲੀਆਂ ਮਿਲ ਜਾਣਗੀਆਂ, ਚੱਪਲਾਂ ਮਿਲ ਜਾਣਗੀਆਂ ਜੀ।